And today we had our first program, the Tina Steep Show, and I got the one and only Smazzy Naz. Please watch our live share on Facebook, yep. Neadim TV. We had our special guest, Chaudhry Ehtisham Akram Gujar Saab, who you know, cancelled his meeting to come with us. He's here with us. Make his name. अस्सलाम वालेकुम दोस्तों तुसा इसकी लाइक करो शेयर करो नया दिन टीवी ये साढ़े भाई है इन्हें खातर असा ते हाजिर होए हां ता बहुत शुक्रिया तुसा सारे लाइक और शेयर करो इसकी थैंक यू Every fortnight on Wednesday at 7 o'clock, I'm going to be bringing a show. This show, which is a new man, a share, a singer, a YouTuber. I'm going to share this video with my views. Major upcoming youngsters, what do you like? What would you say to them if they want to come in this field and they're having difficulties? Okay, so first of all, if you want to come into this field, the first thing you need to do is do some research. Find something that you enjoy doing, and also, you know, if other people are doing it and they're successful, then have a look at what they do. Main chuke is field vich na jis te main is te aaya sa UK vich maari 16 17 saal umar si ਮੈਂ ਖੁਦ ਬਹੁਤ ਬਚਪਨ ਤੋਂ ਇਸ ਕੰਮ ਕੀ ਸ਼ੁਰੂ ਕੀਤਾ ਸਾ ਜਿਸ ਟਾਈਮ ਮੈਂ ਉਸ ਟਾਈਮ ਮਸਲਾ ਸਾ ਉਸ ਟਾਈਮ ਯੰਗਸਟਰ ਜਿਹੜੇ ਸੀ ਉਹ ਬਹੁਤ ਘੱਟ ਇਹਨਾਂ ਮਹਿਫਲਾਂ 'ਚ ਆਉਣੇ ਸੀ ਪੁੱਟ ਫਾਰ ਇਸ ਕਾਬਲ ਮਹਿਲ ਹੁਣ ਅਲਹਮਦੁਲਿਲਾ ਅਗਰ 100% ਵਿੱਚੋਂ 100% ਨਹੀਂ ਤਾਂ 30-40% 50% ਵੀ ਆਖੀ ਸਕਦੇ ਹਾਂ ਕਿ ਯੰਗਸਟਰ ਜਿਹੜੇ ਇਹਨਾਂ ਮਹਿਫਲਾਂ 'ਚ ਔਰ ਉਹ ਉਹਨਾਂ ਕੀ ਵੀ ਸ਼ੌਕ ਲਗਾ ਚਾਹੇ ਉਹ ਸਾਜ਼ ਹੀ ਖਾਲੀ ਸੁਣਨੇ ਇਸਨੇ ਲੇਕਿਨ ਸਾਡੀ ਸਕਾਫਤ 'ਚ ਅਸਾਂ ਕੀ ਪ੍ਰਮੋਟ ਹੋਣੀ ਪਈ ਇਹ ਜਿਹੜੀ ਆਉਣ ਵਾਲੀ ਸਾਡੀ ਨਸਲ ਹੈ ਇਸਨੀ ਇਧਰ ਰਗਬਤ ਹੋਏਗੀ ਔਰ ਅਸਾਂ ਕੀ ਖੁਸ਼ੀ ਹੈ ਕਿ ਉਹ ਆਪਣੀ ਸਕਾਫਤ ਕੀ ਪ੍ਰਮੋਟ ਕਰਨੇ ਦੇ ਤੋੜੇ ਮਤਲਬ ਕਿ ਹੇਟਰਸ ਹੋਣੇ ਨਫ਼ਰਤ ਕਰਨੇ ਤਾਂ ਸਾ ਕੋਈ ਸਾਈ ਲਾਈਫ ਐਕਸਪੀਰੀਅੰਸ ਹੈ ਸਟੋਰੀ ਹੈ ਜਿੱਥੇ ਸਾ ਕੋਈ ਯਾਦ ਹੈ ਉਸਾ ਬਹੁਤ ਕੋਈ ਹੈ ਸ਼ੋ ਪਰ ਜਾਂ ਕੋਈ ਫਨ ਐਸਾ ਨਹੀਂ ਜਿਸਨੇ ਹੇਟ ਕਰਨੇ ਦੇ ਲੋਕ ਵਿੱਚ ਮੌਜੂਦ ਨਾ ਹੋਣ ਲੇਕਿਨ ਅਸਾਂ ਇਹ ਆਣੇ ਆ ਕਿ ਅਸਾਂ ਨੇ ਬਾਪ ਫਨ ਦੀ ਖਿਦਮਤ ਕੀਤੀ ਅਗਰ ਏਟ ਕਰਨੇ ਵਾਲੇ ਵੀ ਨਾ ਹੋਣ ਤਾਂ ਤੁਸਾਂ ਨਾ ਕੋਈ ਮੁਕਾਮ ਵੈਲਿਊ ਕੋਈ ਚੀਜ਼ ਹੋਣੀ ਤਾਂ ਲੋਕ ਤੁਸਾਂ ਨੇ ਮੁਖਾਲਫਤ ਕਰਨੀ ਅਗਰ ਕਿਸੇ ਬੰਦੇ ਦੀ ਕੋਈ ਕੁਆਲਿਟੀ ਕੋਈ ਗੈਟਸ ਕੋਈ ਚੀਜ਼ ਨਾ ਹੋਵੇ ਉਹਦੀ ਕੋਈ ਬੰਦਾ ਮੁਖਾਲਫਤ ਕਰਨਾ ਹੀ ਤੱਕੇ ਦੇਵਨ ਵਾਲੇ ਬਹੁਤੇ ਤੱਕੇ ਦੇਵਨ ਵਾਲੇ ਬਹੁਤੇ ਤੇ ਤੂੰ ਹੱਥ ਪਕੜਨ ਵਾਲਾ ਇੱਕੋ ਹੀ ਗਿਆ ਮਤਲਬ ਕਿ ਸਾਰੇ ਇੱਕ ਹੀ ਕੰਮ ਕਰਨੇ ਕੋਈ ਹੇਟਰ ਨਹੀਂ ਹੋਣ ਲੱਗਾ ਕੋਈ ਬੜਾ ਨਹੀਂ ਹੋਣ ਲੱਗਾ ਸਾਰੇ ਉਸ ਲੈਵਲ ਬਿਲਕੁਲ ਅਗਰ ਇਹ ਚੀਜ਼ਾਂ ਜਿੱਥੇ ਫੁੱਲ ਖਿੜਨਾ ਨਾ ਫੁੱਲ ਨਾਲ ਖਾਰ ਵੀ ਹੋਣਾ ਇਹਨਾਂ ਬਜ਼ੁਰਗਾਂ ਦਾ ਖਿਆਲ ਰੱਖੋ ਇਹਨਾਂ ਲਈ ਜਿਤਨੀ ਖਿਦਮਤ ਕਰ ਸਕਨੇ ਹੋ ਘੱਟ ਹੈ ਕਿਸੇ ਰੂਟੀਨ ਇਨ ਇੰਗਲੈਂਡ ਪਾਕਿਸਤਾਨ ਵਿੱਚ ਕਹੇ ਇੰਗਲੈਂਡ ਵਿੱਚ ਕਹੇ ਜਸਟ ਟ੍ਰਾਈ ਯੋਰ ਬੈਸਟ ਜਿਤਨੀ ਵੀ ਕਰ ਸੋ ਤੁਸੀਂ ਕਿਸੇ ਐਗਜ਼ਾਮ ਦਵਾਨ ਵਾਲਾ ਸਾ ਅਗੇ ਦਾਸਾ ਵਗੈਰਾ ਜਾਣਾ ਟੁਰਨਾ ਬਚਪਨ ਤੋਂ ਟੁਰਨਾ ਤੋਂ ਆਪਣੇ ਬਾਪ ਦੀ ਉਂਗਲੀ ਦੀ ਫੜੀਦਾ ਟੁਰਨਾ ਤੇ ਜਿਲੇ ਬਾਪ ਟੁਰੀ ਜਾਏ ਤਾਂ ਆਵਾਜ਼ ਕਰਨਾ ਉਹ ਕਿਸ ਦੀ ਉਂਗਲੀ ਮੈਂ ਫੜ ਕੇ ਟੁਰਸਾਂ ਤੇ ਕੌਣ ਸੁਣਾ ਸੀ ਆ ਬਾਤਾਂ ਰੋਜ਼ ਕਿਆਮਤ ਨਾਲੂ ਮੈਨੂੰ ਤੇ ਆਇਆ ਲੰਮੀਆਂ ਰਾਤਾਂ ਇਹ ਹੋਣਾ ਕਿ ਉਸਨੇ ਮਾਂ ਬਾਪ ਨੇ ਜਿਹੜੀ ਦਵਾ ਹੋਣੀ ਮਾਂ ਬਾਪ ਨੇ ਜਿਸ ਬੰਦੇ ਦੀ ਦਵਾ ਹੀ ਹੈ ਨਾ ਉਹ ਕਿਸੇ ਮੈਦਾਨ ਵਿੱਚ ਹਾਰੀ ਨਹੀਂ ਸਕਣਾ ਠੀਕ ਹੈ ਜੀ ਮਾਂ ਬਾਪ ਨੇ ਖਿਦਮਤ ਕਰਨੇ ਨੂੰ ਮੌਕਾ ਵੀ ਖੁਸ਼ ਨਸੀਬ ਬੰਦੇ ਕੀ ਲੱਭਣਾ ਜਾਂ ਖੁਸ਼ ਨਸੀਬ ਹੈ ਜੀ ਜਿਹੜਾ ਮਾਂ ਬਾਪ ਨਾਲ ਗੁਸਤਾਖ ਹੋਇਆ ਉਹ ਸਾਰੀ ਜ਼ਿੰਦਗੀ ਜ਼ਿੰਦਗੀ ਸਕੂਨ ਔਰ ਆਰਾਮ ਨਾਲ ਨਹੀਂ ਗੁਜ਼ਾਰੀ ਬਸ ਯਾਰ ਦੋਸਤ ਤੇਰੇ ਸਨ ਉਹਨਾਂ ਆਖਿਆ ਕਿ ਕਿਹੜੇ ਕਮੈਚ ਪੇ ਗਏ ਕਿ ਸ਼ੀਰੇ ਸ਼ਹੀ ਕਿਆ ਹੋਣੀ ਸੁਕ ਕਿਆ ਪਤਾ ਲੇਕਿਨ ਇਸ ਜਿੰਨਾ ਵਿੱਚ ਇਹ ਗੱਲ ਆਖੀ ਨਾ ਅੱਜ ਉਹਨਾਂ ਨੇ ਸਾਹਮਣੇ ਬਈ ਕਿ ਇਹ ਸ਼ੋਅ ਆ ਪਿਆ ਤਾਂ ਉਹ ਉਹ ਬੰਦੇ ਤੱਕਣੇ ਪਏ ਤੇ ਉਹ ਬੰਦੇ ਲਾਈਕ ਕਰਨੇ ਪਏ
ਠੀਕ ਹੈ ਅਸਲ ਜਿਹੜੇ ਹੇਟਰਸ ਹੋਣੇ ਜਾਂ ਅਸਲ ਫੈਨਸ ਹਨ ਅਸਾਂ ਉਹਨਾਂ ਦਾ ਸ਼ੁਕਰੀਆ ਅਦਾ ਕਰ ਰਹੇ ਹਾਂ ਤੁਸੀਂ ਸਪੋਰਟ ਸੁਵਿਧਾ ਵਾ ਹੇਠ ਜ਼ਰੂਰ ਵੀ ਹੈ ਅਸਾਂ ਇਹ ਹੋਣਾ ਕਿ اس ویڈیو کی سب بارے تک کی سکڑا انشاءاللہ دو ہفتے بعد ان ویڈنسڈے 7 o'clock سب سے ایک اور نوا پروگرام آسا او نوے گیسٹ ہو سکتا انشاءاللہ ملاقات رسی اینڈ ٹی نصیب اینڈ یو واچنگ دی ٹی نصیب شو اللہ حافظ